ਆਪਣੇ ਵੱਲੋਂ ਆਪਣੀ ਜੇਬ 'ਚੋਂ ਤੁਛ ਜੀ ਜਾਗ ਪਿੰਡਾਂ 'ਚ ਲਾ ਰਿਹਾ ਵੀ 5,000 ਰੁਪਈਆ ਲੋਕਾਂ ਨੂੰ ਦੇ ਰਿਹਾ। ਮੈਨੂੰ ਪਤਾ ਕੁਛ ਵੀ ਨਹੀਂ ਹੈਗਾ, ਪਰ ਲੋਕ ਇਹਦੇ ਨਾਲ ਉੱਠਣ, ਕੋਈ 500 ਪਾਏ, ਕੋਈ 200 ਪਾਵੇ। ਮੈਂ ਵੀ ਸੱਜਣਾ ਮਿੱਤਰਾਂ ਕੋਲੋਂ ਲੈ ਕੇ ਗਾਂ ਪਿੰਡਾਂ 'ਚ ਦੇ ਰਿਹਾ ਵਾਂ। ਸੋ ਲੋਕ ਵੀ ਜਿਹੜੇ ਨੇ, ਸਰਪੰਚ ਵੀ ਜਿਹੜੇ ਨੇ, ਚੰਗੇ ਲੋਕ ਨੇ, ਲੋਕਾਂ ਨੂੰ ਇਕੱਠਿਆਂ ਕਰਕੇ ਅਤੇ ਕੁਝ ਆਪ ਕੋਲੋਂ ਪਾਉਣ ਅਤੇ ਕੁਝ ਲੋਕਾਂ ਕੋਲ ਲੈ ਕੇ ਕੋਸ਼ਿਸ਼ ਕਰਨ ਕਿ ਕੋਈ ਪਿੰਡ 'ਚ ਗਰੀਬ ਭੁੱਖਾ ਨਾ ਸੌਣ, ਕੋਈ ਦਵਾਈ ਖੁਣੋ ਨਾ ਰਹਿ ਜਾਏ। ਇਹ ਮਹਾਂਮਾਰੀ ਕੁਦਰਤ ਦੀ ਦੇਣ ਹੈ, ਇਹਨੂੰ ਸਰਕਾਰ ਇਕੱਲਿਆਂ ਨਹੀਂ ਲੜ ਸਕਦੀ, ਸਾਰੀ ਸੁਸਾਇਟੀ ਰਲ ਕੇ ਲੜੇਗੀ ਅਤੇ ਅਸੀਂ ਇਹਨੂੰ ਫਿਰ ਪੂਰੇ ਉਤਰ ਸਕਾਂਗੇ। ਸੋ ਸਾਰਿਆਂ ਪਿੰਡਾਂ ਨੂੰ, ਸਰਪੰਚ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਆ ਵੀ ਤਗੜੇ ਹੋ ਕੇ ਹਲਾਰਾ ਮਾਰੋ, ਜਿੱਥੇ ਦੋ ਖਾਂਦੇ ਹੋ ਇੱਕ ਖਾ ਕੇ ਅੱਧੀ ਕਿਸੇ ਗਰੀਬ ਨੂੰ ਦਿਓ। ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਇਹੋ ਸਮਝਾਇਆ, ਉਹਨਾਂ ਦੀ ਸੋਚ ਮੁਤਾਬਕ ਆਓ ਹੁਣ ਇਹ ਸੌਖੀ ਘੜੀ 'ਤੇ ਸਾਰਿਆਂ ਦਾ ਦੁੱਖ ਵੰਡੀ। ਮਤਲਬ ਸਰ, ਪੰਜਾਬ ਦੇ ਵਿੱਚ ਹੈ ਜਿਹੜੀ ਜਾਗ ਵਾਲੀ ਪਹਿਲ ਆ, ਇਹ ਤੁਹਾਡੇ ਨੂੰ ਪਹਿਲੀ ਮੇਰੇ ਹਿਸਾਬ ਨਾਲ ਪਹਿਲੀ ਨਹੀਂ ਜੀ, ਸਾਰੇ ਬੜੇ ਬੜੇ ਚੰਗੇ ਲੋਕ ਨੇ ਜੀ, ਬੜਿਆਂ ਬੜਾ ਵਧੀਆ ਵਧੀਆ ਕੰਮ ਕੀਤਾ ਵਾ, ਇਕੱਲਾ ਮੈਂ ਹੀ ਨਹੀਂ, ਬਹੁਤ ਬਹੁਤ ਚੰਗੀ ਦੁਨੀਆ ਜੀ ਸਾਰੇ ਪੰਜਾਬ 'ਚ। ਸੋ ਮੈਂ ਤਾਂ ਬਹੁਤ ਥੋੜ੍ਹਾ ਦਿੱਤਾ ਅਤੇ ਬੜੇ ਬੜੇ ਲੋਕ ਦਾਨੀ ਦੇ ਰਹੇ ਨੇ, ਬੜਾ ਚੰਗਾ ਕੰਮ ਕਰ ਰਿਹਾ। ਇੱਕ ਹਮਲਾ ਵਾ, ਇੱਕ ਹੁਲਾਰਾ ਵਾ, ਅਤੇ ਲੋਕ ਜਿਹੜੇ ਨੇ ਦੁੱਖ ਵੰਡਣਗੇ ਤਾਂ ਬਚਿਆ ਵੰਡਿਆ ਜਾਣਾ, ਇਕੱਲੀਆਂ ਸਰਕਾਰਾਂ ਸਭ ਕੁਛ ਨਹੀਂ ਕਰ ਸਕਦੀਆਂ।